हेलो गाइस, वेलकम बैक टू माय न्यू ब्लॉग। होप सारे तुसी बढ़िया होदे सारे। वैसे राइट नाउ टाइम हो चुके 6:50 ते फिलहाल हुण इत्थों 1 किलोमीटर जाना है अपने तुरते वीडियो अपलोड करने नूं, क्योंकि लिए अपने इत्थे पिंड च रेंज आउंदी नहीं हैगी इन्नी। उत्थे जाणी दी कम से कम नहीं 1-2 MB दी स्पीड आ जांदी आ ते फिर वीडियो वधिया अपलोड हो जांदी आ। चलदे आ हौली हौली। ਨਹੀਂ ਤਾਂ ਇਸ ਫਿਰ ਥੋੜ੍ਹੀ ਦੂਰ ਰਹਿ ਰਹੇ ਉਹ ਦੇਖੋ ਇਸੇ ਧਰ ਜੇ ਨਹੀਂ ਨੇ ਨਾ ਬਸ ਆਪਾਂ ਉੱਥੇ ਹੀ ਜਾਣਾ ਉੱਤੇ ਪਹੁੰਚ ਚੁੱਕੇ। ਉੱਥੋਂ 1 ਕਿਲੋਮੀਟਰ ਦਾ ਆਪਾਂ ਸਫ਼ਰ ਤੈਅ ਕਰ ਚੁੱਕੇ ਹਾਂ। ਇੱਥੇ ਛੋਟੀ ਜਿਹੀ ਮਾਰਕੀਟ ਆਈ ਹੈ ਦੇਖੋ, ਅਤੇ ਛੋਟੀ ਜਿਹੀ ਮਾਰਕੀਟ ਆਪਣੇ ਉਰੇ ਜੇ ਤੁਸੀਂ ਮਾੜਾ ਮੋਟਾ ਸਮਾਨ ਲੈਣਾ ਹੋਵੇ ਤਾਂ ਮਿਲ ਜਾਂਦਾ। ਬਾਕੀ ਆਪਾਂ ਹੁਣ ਇੱਥੋਂ ਥੋੜ੍ਹੀ ਦੂਰ ਜਾਣਾ, ਉਹ ਸਾਹਮਣੇ ਪੁਲ ਤੋਂ ਜਾਣਾ ਹੈ ਜੀ, ਉਹ ਸਾਹਮਣੇ ਵਾਲਾ ਪੁਲ ਆ ਬਸ ਉਹਦੇ 'ਤੇ ਜਾਣਾ। ਉੱਥੇ ਅਤੇ ਬੈਂਚ ਬੁੰਚ ਲੱਦੇ ਹੋਣਗੇ, ਉੱਥੇ ਅਤੇ ਬੈਂਚ ਪਹੁੰਚ ਚੁੱਕੇ ਹਾਂ। ਪੁਲ 'ਤੇ ਆ ਦੇਖੋ ਪਿੱਛੇ ਪੁਲ ਆ, ਉੱਥੇ ਆਪਾਂ ਪਹੁੰਚ ਚੁੱਕੇ ਹਾਂ। ਫਿਲਹਾਲ 52% ਉਹਦੀ ਜਾਣੀ ਸੀ, 48% ਰਹਿੰਦੀ ਆ ਹਜੇ ਜਾਥੀ ਅਪਲੋਡ ਹੋ ਜਾਵੇ ਛੇਤੀ ਦੀ। ਨੈੱਟ ਵੀ ਅੱਜ ਉਰੇ ਸਲੋ ਚੱਲਦਾ ਥੋੜ੍ਹਾ ਜਿਹਾ। ਬਾਕੀ ਆਪਾਂ ਬਹਿਨੇ ਉਰੇ ਜਾਣੀ 10-15 ਮਿੰਟ ਲੱਗ ਜਾਣਗੇ ਹਜੇ ਹੋਰ, ਆਪਾਂ ਬਹਿਨੇ ਉਰੇ ਵੇਟ ਕਰਦੇ ਹਾਂ ਜਦ ਤੱਕ ਤੁਸੀਂ ਵੀਡੀਓ ਅੰਦਰੋਂ ਇੰਜੋਏ। ਇੱਥੋਂ ਥੋੜ੍ਹਾ ਜਿਹਾ ਤੁਰ ਪਏ ਹਾਂ, ਉੱਥੋਂ ਉੱਥੇ ਨੈੱਟ ਦੀ ਸਪੀਡ ਆਉਂਦੀ ਨਹੀਂ ਸੀ ਇੰਨੀ। ਵੈਸੇ ਹੌਲੀ ਹੌਲੀ ਚੱਲਦੇ ਹਾਂ, ਥੋੜ੍ਹੀ ਦੂਰ ਇੱਥੇ ਟਾਵਰ ਲੱਦੇ ਨੇ, ਪਿੱਛੇ ਨਹਿਰ ਵੀ ਆ। ਜੇ ਤਾਂ ਇਹਨੇ ਨਹਾਉਣਾ ਹੋਵੇ ਤਾਂ ਨਹਿਰ ਤਾਂ ਨਹਾ ਵੀ ਸਕਦਾ। ਫਿਲਹਾਲ ਮੇਰਾ ਨਹਾਉਣ ਦਾ ਕੋਈ ਸਲਾਹ ਨਹੀਂ ਇਹਦੀ ਮੇਰੀ, ਮੈਨੂੰ ਹਲੇ ਠੰਡ ਲੱਗਦੀ ਆ ਅਤੇ ਹਲੇ ਨਹੀਂ ਮੈਂ ਨਹਾਉਣਾ। ਧਰਿਆ ਤਾਂ ਨਹਾਵਾਂਗੇ ਆਪਾਂ। ਬਾਕੀ ਤੁਹਾਨੂੰ ਮੈਂ ਦਿਖਾਉਣਾ ਟਾਵਰ ਲੱਦੇ ਇੱਥੇ ਦੋ, ਉਹ ਦੇਖੋ ਜੀ ਉਹ ਲੱਦੇ ਨੇ ਟਾਵਰ। ਜਾਣੀ ਇੱਥੇ ਪਹੁੰਚ ਰਹੇ, ਇੱਥੇ ਸਪੀਡ ਆ ਰਹੀ ਆ ਜਾਣੀ ਵੀ ਵਧੀਆ, 5 MB ਦੀ ਆਵਾਜ਼ ਆ ਰਹੀ ਆ। ਬਾਕੀ ਉੱਤੋਂ ਆਵਾਜ਼ ਵੀ ਬਹੁਤ ਜ਼ਿਆਦਾ ਆ ਰਹੀ ਆ, ਬਸ ਇੱਥੇ ਮੇਰੇ ਤੋਂ ਮੈਚ ਨਹੀਂ ਹੈਗਾ ਹਲੇ, ਇਤਨੇ ਕੰਮ ਚਲਾਉਣੇ ਆ ਆਪਾਂ। ਵੀਡੀਓ ਆਪਣੀ ਹੋਦੀ 83% ਉਹਦੀ, ਸਿਰਫ 15-17% ਰਹਿਦੀ ਅਤੇ ਆਪਾਂ ਨੂੰ ਹੁਣ ਦੇਖ ਲਈ। ਫਾਈਨਲੀ ਦਾ ਇਸ ਵੀਡੀਓ ਅਪਲੋਡ ਹੋ ਚੁੱਕੀ, ਬਸ ਹੁਣ ਘਰ ਨੂੰ ਜਾ ਰਹੇ ਹਾਂ। ਟਾਈਮ ਵੀ 7:33 ਹੋ ਚੁੱਕੇ ਨੇ, ਮੈਂ ਹੁਣ ਤੁਹਾਨੂੰ ਮਿਲਦੇ ਹਾਂ ਧਰਿਆ 'ਤੇ। ਫਾਈਨਲੀ ਦਾ ਆਪਣਾ ਜਿਹਾ ਪਾਰਸਲ ਆ ਚੁੱਕਿਆ ਜੀ, ਆਪਾਂ ਨੇ ਮੈਚ ਮੰਗਵਾਇਆ ਬੋਆ ਦਾ MM1। ਵੈਸੇ ਆ ਚੁੱਕਿਆ ਆਪਾਂ ਧਰਿਆ 'ਤੇ ਦੀ ਕਰਦੇ ਹਾਂ ਅਨਬੋਕਸਿੰਗ। ਹੁਣ ਤੱਕ ਬਿਨਾਂ ਮੈਚ ਤੋਂ ਹੀ ਵੀਡੀਓ ਬਣਾਈਆਂ ਨੇ, ਹੁਣ ਆਪਾਂ ਮੈਚ ਨਾ ਬਣਾਵਾਂਗੇ, ਆਪਾਂ ਧਰਿਆ ਕਰਦੇ ਨਹੀਂ ਅਨਬੋਕਸਿੰਗ। ਚਲੋ ਫਾਈਨਲੀ ਦਾ ਇਸ ਤਰ੍ਹਾਂ ਆਪਣਾ ਦੇਖੋ ਜੀ, ਆਪਣਾ ਪਾਰਸਲ ਆ ਚੁੱਕਿਆ ਜੀ, ਬੋਹਾ ਦਾ ਮੈਚ ਆ ਜੀ MM1। ਬਾਕੀ ਮੈਨੂੰ ਬਹੁਤ ਜ਼ਿਆਦਾ ਲੋੜ ਸੀਗੀ, ਬਹੁਤ ਜ਼ਿਆਦਾ। ਹੁਣ ਤੱਕ ਤਾਂ ਜੀ ਮੈਂ ਫੋਨ 'ਤੇ ਰਿਕੋਰਡਿੰਗ ਕਰੀ ਜਾਂਦਾ ਜੀ, ਪਿੱਛੇ ਨੋਜਸ ਬਹੁਤ ਜ਼ਿਆਦਾ ਆਉਂਦੀ ਸੀਗੀ, ਪਰ ਫਿਰ ਵੀ ਮੈਂ ਵਧਾ ਲਿਆ ਇਹ। ਬਸ ਹੁਣ ਅਸੀਂ ਚੱਲੇ ਸੀਗੇ ਜੀ ਬਸ, ਅਤੇ ਕਹਿੰਦੇ ਸਵੀਮਿੰਗ ਪੂਲ 'ਚ ਨਹਾਤੇ ਉਹਨਾਂ 'ਚ, ਮੈਂ ਤਾਂ ਚਲੋ ਚੱਲਦੇ ਹਾਂ। ਉੱਧਰੋਂ ਡਿਲੀਵਰੀ ਵਾਲੇ ਦਾ ਫੋਨ ਆ ਗਿਆ, ਕਹਿੰਦੇ ਤੁਹਾਡੀ ਡਿਲੀਵਰੀ ਆ ਚੁੱਕੀ ਆ, ਫਿਰ ਮੈਂ ਭੱਜ ਤੇ ਅਤੇ ਲੈ ਤੇ ਆਇਆ। ਹੁਣ ਫਿਰ ਇਹਦੀ ਪਹਿਲਾਂ ਆਪਾਂ ਕਰਦੇ ਹਾਂ ਅਨਬੋਕਸਿੰਗ, ਫਿਰ ਉਸ ਤੋਂ ਬਾਅਦ ਫਿਰ ਚੱਲਦੇ ਹਾਂ ਸਵੀਮਿੰਗ ਪੂਲ 'ਚ ਨਹਾਉਣ, ਅਤੇ ਉੱਥੇ ਦੇਖਦੇ ਹਾਂ ਇੰਜੋਏ ਕਰਦੇ ਹਾਂ। ਜੋ ਗਰਮੀ ਬਹੁਤ ਆਈ ਬਾਹਰ, ਆਪਾਂ ਜੀ ਕਰਦੇ ਹਾਂ ਹੁਣ ਅਨਬੋਕਸਿੰਗ। ਅਤੇ ਸੋਨੂੰ ਬਾਈ ਤੋਂ ਸਪੈਸ਼ਲ ਆਇਆ ਮੈਂ ਇੱਥੋਂ, ਮੈਂ ਇਹਦੀ ਅਨਬੋਕਸਿੰਗ ਕਰਾਈ ਜਾਵੇ, ਇਹ 23 ਦਿਨ ਦਾ ਵੇਟ ਕਰ ਰਿਹਾ ਸੀ ਸੋਨੂੰ ਬਾਜੀ। ਹਾਂ ਮਾਈ, ਇਹੀ ਦੇਖਿਆ ਸੀ ਆਪਾਂ ਨੇ ਬਾਈ, ਮਾਈ ਤਾਂ ਲਿਆਂਦਾ ਮੈਂ, ਹੁਣ ਅਨਬੋਕਸਿੰਗ ਦੀ ਸਪੈਸ਼ਲ ਤੇਰੇ ਕੋਲ ਆਇਆ ਮੈਂ। ਹਜੇ ਖੋਲਿਆ ਵੀ ਹੈ ਨਹੀਂ, ਦੇਖਿਆ ਵੀ ਹੈ ਨਹੀਂ, ਸਿੱਧਾ ਪਾਰਸਲ ਆਇਆ ਅਤੇ ਅਨਬੋਕਸਿੰਗ ਮੈਂ ਤਾਂ ਸੋਨੂੰ ਬਾਈ ਤਾਂ ਕਰਾਉਣੀ ਅੱਜ। ਆਪਣੀ ਅਨਬੋਕਸਿੰਗ ਕਰਨ ਜਾ ਰਹੇ ਨੇ ਸਾਡੇ ਸੋਨੂੰ ਸੂਦ, ਨਾ ਸੋਨੂੰ ਸੂਦ ਨਹੀਂ ਤੇਲਾ ਸੋਨੂੰ, ਇਹ ਅਨਬੋਕਸਿੰਗ ਕਰਨ ਜਾ ਰਹੇ ਨੇ, ਉਹ ਵੀ ਦੇਸੀ ਤਰੀਕੇ ਨਾਲ। ਆਹ ਦੇਖੋ, ਹਾਂ ਅਸੀਂ ਦੇਸੀ ਤਰੀਕੇ ਨਾਲ ਸਾਡੀ ਅਨਬੋਕਸਿੰਗ ਕੀਤੀ ਜਾ ਰਹੀ ਆ। ਆ ਲਓ ਜੀ ਵਿਚਾਰੋ, ਪਾੜ ਤਾਂ ਡੱਬੇ ਦਾ ਤਤਲ ਤਰਤਾ ਉਹਨਾਂ ਨੇ ਭਾਈ, ਆਹ ਤੀ ਤਰ ਛੱਡਣ ਡਿਆ ਮੈਂ ਵੀਰੇ ਆਪਣਾ ਹੀ ਆ ਹੁਣ, ਇੰਨੀ ਤਾੜੀ ਦੀ ਤਰਦੀ ਇਹਦੀ ਉੱਪਰ। ਹੁਣ ਆਪਾਂ ਇਹ ਆਪਣਾ ਨਿਕਲਿਆ ਹੈ ਬੋਇਆ ਦਾ ਡੱਬਾ, ਇਹਦੇ ਵਿੱਚ ਕੀ ਆ ਉਹ ਬਿੱਲ, ਇਹਦੀ ਆਪਾਂ ਲੋੜ ਨਹੀਂ ਸਭ ਤੋਂ ਪਹਿਲੇ। ਅਤੇ ਆਹ ਜੀ ਦੇਖੋ, ਨਾਈਸ ਪੈਕੇਜਿੰਗ ਆ, ਬਹੁਤ ਵਧੀਆ। ਹੁਣ ਮੈਂ ਟੈਕਨੀਕਲ ਗੁਰੂ ਜੀ ਬਣ ਜਾਂਦਾ, ਚਲੀਏ ਸ਼ੁਰੂ ਕਰਦੇ ਹਾਂ। ਬਾਬਾ ਜੀ ਵਾਰੰਟੀ ਕਾਰਡ ਮਿਲਿਆ, ਕਹਿੰਦੇ ਪਤਾ ਨਹੀਂ ਇਹਦੀ ਆਪਾਂ ਨੂੰ ਲੋੜ ਤਾਂ ਨਹੀਂ ਪੈਂਦੀ ਹੈ ਵੀ ਕਹਿੰਦੇ ਆਪਾਂ, ਚੱਲ ਕੋਈ ਗੱਲ ਨਹੀਂ। ਇਹ ਨਾਲ ਆਪਾਂ ਨੂੰ ਦੋ ਮਿਲੇ ਨੇ ਸਟਿੱਕਰ ਬੋਇਆ ਦੇ, ਇਹ ਆਪਾਂ ਲਾਵਾਂਗੇ ਜੋਧ ਦੇ ਮੱਥੇ ਦੇ। ਕਾਪੀ ਜਿਹੜੀ ਆਪਾਂ ਕਦੇ ਪੜ੍ਹੀ ਹੋਣੀ ਉਹ ਪਤਾ ਹੀ ਆਪਾਂ ਸਾਰਿਆਂ ਨੂੰ। ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਮਿਲਿਆ, ਇੱਕ ਇਹਦੀ ਮਿਲੀ ਆ ਕੇਬਲ, ਕਨੈਕਟਿਡ ਕੇਬਲ, ਅਤੇ ਆ ਹੈਗਾ ਇਹਦਾ ਮਾਊਂਟ ਜਿਹੜਾ ਕੈਮਰੇ ਦੇ ਉੱਤੇ ਲੱਗਦਾ ਹੁੰਦਾ, ਇੱਥੋਂ ਇਹਨੇ ਸਕਰੂ ਪੈਣਾ, ਇੱਦਾਂ ਇਹਦੇ ਵਿੱਚ ਆਪਾਂ ਕੈਮਰਾ ਜੋ ਮਾਈਕ ਹੋਏਗਾ ਉਹਨੂੰ ਫਿਕਸ ਕਰਾਂਗੇ ਐਂਗਲ। ਆ ਇੱਕ ਹੋਰ ਕਨੈਕਟਰ ਕੇਬਲ ਹੈ,
ਆ ਕੈਰੀ ਪਾਊਚ ਗੁੱਟਾ ਪਾਊਚ ਆ ਐਡਾ ਤਾਂ ਬਟੂਆ ਨਹੀਂ ਹੁੰਦਾ ਸੀ ਪੁਰਾਣੀਆਂ ਬੀਬੀਆਂ ਦਾ ਆਹ ਪਤਾ ਨਹੀਂ ਕੀ ਆ ਅਤੇ ਅੱਜ ਕਿਸੇ ਨੇ ਖਾਣੀ ਹੋਵੇ ਜੈਲ ਬਹੁਤ ਵਧੀਆ ਹੁੰਦੀ ਆ ਖਾ ਕੇ ਦੇਖ ਅਤੇ ਇੱਧਰ ਆਪਣੀ ਮੇਨ ਚੀਜ਼ ਵਧੀਆ ਹੈ ਆ ਮਾਈਕ ਮਾਈਕ ਡੈਡ ਕੈਟ ਪਹਿਲੀ ਲਾਈ ਹੋਈ ਹੈ ਇਹਨਾਂ ਨੇ ਅਤੇ ਉਤਰਦੀ ਨਹੀਂ ਹੈਗੀ ਡੈਡ ਕੈਟ ਇਹ ਆਪਾਂ ਨੂੰ ਉਤਰਦੀ ਆ ਪਰ ਆਪਾਂ ਕੱਢਣੀ ਹੈ ਨਹੀਂ ਛੋਟਾ ਜਿਹਾ ਮਾਈਕ ਆ ਉੱਪਰ ਡੈਡ ਕੈਟ ਬਾਹਲੀ ਵੱਡੀ ਹੁੰਦੀ ਹੈ ਜੇ ਵੀ ਹਵਾ ਹਵਾ ਚੱਲੇ ਤਾਂ ਆਵਾਜ਼ ਬੋਜ ਇਹਦੀ ਨਾ ਆਵੇ ਹੋਏ ਰੀਬ੍ਰੈਂਡਿੰਗ ਕੀਤੀ ਹੋਈ ਹੈ ਇਹਦੇ 'ਤੇ ਅਤੇ ਬਾਕੀ ਹੁਣ ਤੁਹਾਨੂੰ ਲਾ ਕੇ ਤੁਸੀਂ ਤੁਹਾਨੂੰ ਆਵਾਜ਼ ਸੁਣ ਰਹੀ ਹੈ ਸੁਣ ਲਓ ਇਹਨਾਂ ਬੋਲ ਵੈਸੇ ਬੋਲ ਬੰਦ ਖੇਡਣ 'ਚ ਵੀ ਸਵਾਲ ਆਊਗਾ ਆਹ ਦੇਖੋ ਨਾ ਪਹਿਲਾਂ ਤੁਸੀਂ ਇਹਦੇ ਵਿੱਚ ਕਨੈਕਟਰ ਪੈਣੇ ਆਹ ਐਂ ਲੱਗਦੀ ਹੈ ਆਹ ਦੂਜੀ ਲੱਗਦੀ ਹੈ ਆਪਣੇ ਫੋਨ ਦੇ ਵਿੱਚ ਆਹ ਜਿਹੜਾ ਕਨੈਕਟਰ ਇਹ ਦੇਖੋ ਇਹਨੇ ਇੱਦਾਂ ਲਓ ਜੀ ਫਿਰ ਮੈਂ ਤੇਰੇ ਅਨਬੋਕਸਿੰਗ ਕਰਨ ਤੋਂ ਬਾਅਦ ਪ੍ਰੋਗਰਾਮ ਬਣ ਗਿਆ ਕਹਿੰਦੇ ਧੁੱਪ ਬਹੁਤ ਪੈਂਦੀ ਹੈ ਬਾਹਰ ਬਾਹਰ ਗਰਮੀ ਬਹੁਤ ਆ ਕਹਿੰਦੇ ਆਪਾਂ ਸਵੀਮਿੰਗ ਪੂਲ 'ਚ ਨਹਾਤੇ ਆਉਂਦੇ ਹਾਂ ਚੱਲਦੇ ਹਾਂ ਫਿਰ ਆਪਾਂ ਹੁਣ ਸਵੀਮਿੰਗ ਪੂਲ 'ਚ ਨਹਾਤੇ ਆਉਂਦੇ ਹਾਂ ਆਹ ਖੜੇ ਨੇ ਦੋ ਆਹ ਖੜੇ ਨੇ ਪਵਨ ਦੇ ਸੋਨੂੰ ਨਾਲ ਆਪਣੇ ਪਾਰਟਨਰ ਇਹਨਾਂ ਨਾਲ ਜਾਣਾ ਆਪਾਂ ਨੇ ਹੁਣ ਚੱਲੀਏ ਬਾਈ ਫਿਰ ਬਾਈ ਤੀ ਲਾਤਾ ਫਾਈਨਲੀ ਦਾ ਇੱਥੇ ਰਾਸਤੇ 'ਚ ਆਉਂਦੇ ਹੁੰਦੇ ਸਾਰੇ ਬਸਤੀ ਇੱਥੇ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਇੱਥੇ ਆਪਾਂ ਦੇਖਦੇ ਹਾਂ ਹੁਣ ਅਤੇ ਨਾਲੇ ਸਵਾਰੀ ਲੈਂਦੇ ਹਾਂ ਉੱਥੇ ਜਾਂਦੇ ਹਾਂ ਇੰਜੋਏ ਕਰਦੇ ਹਾਂ ਹੁਣ ਦਿਖਾਉਣਾ ਮੈਂ ਆਹ ਦੇਖੋ ਯਾਰ ਅੰਗਰੇਜ਼ਾਂ ਦੇ ਟਾਈਮ ਦੀ ਬਸਤੀ ਦੇਸੀ ਤਰੀਕੇ ਨਾਲ ਲਾਈ ਇਹਨਾਂ ਨੇ ਅੰਗਰੇਜ਼ਾਂ ਦੇ ਟਾਈਮ ਦੀ ਵੀਰੇ ਵੀਰੇ ਤਾਰੀ ਆਉਂਦੀ ਹੈ ਮੈਨੂੰ ਆਉਂਦੀ ਹੈ ਵੀਰੇ ਤਾਰੀ ਮੈਂ ਡੁੱਬ ਗਿਆ ਮੈਨੂੰ ਕੱਢ ਲਿਓ ਠੀਕ ਆ ਨਾ ਵੀਰੇ ਤਰਨਾ ਤੁਰਨਾ ਨਹੀਂ ਹੈਗਾ ਭਾਈ ਆਪਦੇ ਦੇਸੀ ਰੀਤੇ ਨਾਲ ਸੰਦਲ ਪਾ ਖਿੱਚ ਫਿਰ ਆਉਣ ਇਹਨੂੰ ਆਹ ਖਿੱਚੋ ਇਹਨੂੰ ਇਹਨਾਂ ਨੂੰ ਦੱਸਣਾ ਪੈਂਦਾ ਪਹਿਲਾਂ ਇਹ ਬੱਚੇ ਨੇ ਇਹਨਾਂ ਨੂੰ ਦੱਸਣਾ ਪੈਂਦਾ ਪਹਿਲਾਂ ਵੀ ਖਿੱਚ ਖਿੱਚ ਜ਼ੋਰ ਲਾ ਦੇ ਲਾ ਜ਼ੋਰ ਲਾ ਜ਼ੋਰ ਉਹ ਹਾਂ ਲਾ ਜ਼ੋਰ ਤਾਂ ਮੁੰਡਾ ਜ਼ੋਰ ਲਾਉਂਦਾ ਹੋਇਆ ਜਿੰਮ ਦਾ ਜ਼ੋਰ ਦਿਖਾਉਂਦਾ ਉੱਤੇ ਫਸਾਉਣਾ ਥੱਲੇ ਥੱਲੇ ਸਾਰੇ ਥੱਲੇ ਜਿੰਮ ਦਾ ਜ਼ੋਰ ਦਿਖਾਉਂਦਾ ਹੋਇਆ ਮੁੰਡਾ ਭਾਈ ਦੋ ਬੰਦੇ ਲਾਤੇ ਹਾਰ ਤੇ ਪੈ ਗਿਆ ਬਾਈ ਪਾਤਾ ਸੰਦਰ ਫਸਾਤਾ ਰੇ ਚੱਲਣ ਦੀ ਤਿਆਰੀ ਹੋ ਗਈ ਚੱਲ ਪੀ ਟੈਨਸ਼ਨ ਨਾ ਲਾ ਯਾਰ ਆਹ ਦੇਖੋ ਨਹਿਰ ਇਹ ਹੈ ਜੀ ਰੋਪੜ ਵਾਲੀ ਨਹਿਰ ਇੱਧਰ ਨਹੀਂ ਆਉਂਦੀ ਦਰਾਹੇ ਨੂੰ ਲੁਧਿਆਣੇ ਨੂੰ ਸਾਰੇ ਜਾਂਦੀ ਆ ਵੀਰੇ ਰੋਪੜ ਵਾਲੀ ਆਉਂਦੀ ਇੱਧਰੋਂ ਉਹ ਬਦਲੋ ਬਾਈ ਚੱਲ ਤਾਂ ਬਾਈ ਹੌਲੀ ਹੌਲੀ ਵੈਸੇ ਬਾਈ ਦੇਖ ਹੌਲੀ ਹੌਲੀ ਜਾਓ ਦੀ ਖੜ ਜੂਗੀ ਵੀਰੇ ਖੜਨੀ ਨਹੀਂ ਹੈਗੀ ਬਾਈ ਉੱਧਰ ਨੂੰ ਆਉਣਾ ਨੀ ਫਿਰ ਲਓ ਜੀ ਫਿਰ ਨਹਿਰ ਦੇ ਵਿਚਾਲੇ ਦਾ ਪਹੁੰਚ ਚੁੱਕੇ ਵੈਸੇ ਥੋੜ੍ਹਾ ਥੋੜ੍ਹਾ ਸੋਨੂੰ ਬਾਈ ਨੂੰ ਸਾਡੇ ਡਰ ਲੱਗਦਾ ਕਹਿੰਦਾ ਮੈਨੂੰ ਤਾਰੀ ਨਹੀਂ ਆਉਂਦੀ ਜੀ ਤੋਰਨੀ ਸਾਨੂੰ ਆਉਂਦੀ ਤਾਰੀ ਅਸੀਂ ਨਹਿਰ 'ਚ ਬਹੁਤ ਨਹਾਤੇ ਹਾਂ ਤੁਹਾਨੂੰ ਉਹਦਾ ਹੀ ਬਲਾਊਜ ਛੇਤੀ ਹੋਵੇ ਉਹਦਾ ਟੈਨਸ਼ਨ ਆਵੋ ਤੁਸੀਂ ਨਹਿਰ 'ਚ ਨਹਾਉਂਦੇ ਉਹਦਾ ਹੁਣ ਤੁਸੀਂ ਹੁਣ ਵਾਲੇ ਬਲਾਊਜ ਨੂੰ ਇੰਜੋਏ ਕਰੋ ਅਤੇ ਚੰਨ ਨੂੰ ਸਵੱਛ ਰਹੋ ਐਂਡ ਵੈਲ ਇੱਥੇ ਨੂੰ ਜ਼ਰੂਰ ਦੱਬ ਦਿਓ ਜਦ ਤੱਕ ਆਪਾਂ ਨਹਿਰ ਦੇ ਪਾਰ ਜਾਂਦੇ ਹਾਂ ਦੇਖਦੇ ਹਾਂ ਉੱਧਰ ਜੇ ਜਾ ਹੁੰਦਾ ਹੈ ਉੱਥੇ ਜਾਣਾ ਆਪਾਂ ਨੇ ਪਿੱਛੇ ਵੈਸੇ ਜਾ ਰਹੀ ਹੈ ਹੌਲੀ ਹੌਲੀ ਬਾਈ ਪਵਨ ਬਾਈ ਛਾਲ ਮਾਰਨ ਦੀ ਨਾ ਸੋਚ ਹੈਂ ਛਾਲ ਨਹੀਂ ਮਾਰਨੀ ਹੈ ਜੀ ਆਪਾਂ ਨੇ ਲਓ ਜੀ ਫਿਰ ਇੱਧਰੋਂ ਕੰਡੇ 'ਤੇ ਪਹੁੰਚਣਾ ਆ ਦੇਖੋ ਯਾਰ ਕੰਡਾ ਹੈ ਇੱਧਰੋਂ ਕੰਡੇ 'ਤੇ ਪਹੁੰਚਣਾ ਹੌਲੀ ਹੌਲੀ ਹਾਂ ਤਾਂ ਬਾਈ ਆਪਾਂ ਉੱਧਰੋਂ ਇੱਧਰ ਆ ਦੇ ਨਹਿਰ ਨਹਿਰ ਤੋਂ ਬਾਈ ਜਨਾ ਜਨਾਦੀ ਵਾਲਾ ਫਿਲਟਰ ਲਾਉਂਦੇ ਨੇ ਚੱਲ ਵੀ ਜੋ ਤਾਂ ਆਪਾਂ ਚੱਲੀਏ ਹੁਣ ਦੂਜੇ ਪਾਸੇ ਨੂੰ ਇੱਕ ਕੰਡੇ 'ਤੇ ਤਾਂ ਆ ਗਏ ਆਪਾਂ ਆ ਜੋ ਆ ਜ਼ੋਰ ਲਾਈ ਜਾਂਦਾ ਉਹ ਲੱਗਿਆ ਪਿਆ ਕਹਿੰਦੇ ਜੋ ਜੀ ਖੜਾ ਸੀਗਾ ਤੂੰ ਵੈਸੇ ਨਹੀਂ ਇੱਧਰਲੇ ਪਾਸੇ ਹੁਣ ਪਾ ਲਾ ਇਹਨੂੰ ਹੌਲੀ ਹੌਲੀ ਧੁੰਮਣ ਆ ਦੇਖੋ ਜੀ ਧੁੰਮਣ ਲੱਗ ਗਿਆ ਹੌਲੀ ਹੌਲੀ ਖਿੱਚ ਪੈਣੇ ਉਹਨੂੰ ਅਤੇ ਆਪਾਂ ਵਿਚਾਲੇ ਜਾਂਦੇ ਰੋਕਣੀ ਹੁਣ ਠੀਕ ਆ ਠੀਕ ਆ ਫਿਰ ਰੋਕ ਲੈਂਦੇ ਹਾਂ ਵਿਚਾਲੇ ਫਿਰ ਆਪਾਂ ਵਿੱਚ ਬੈਠ ਕੇ ਆਪਾਂ ਇੱਥੇ ਥੋੜ੍ਹਾ ਫੋਟੋ ਸ਼ੂਟ ਵੀ ਹੋ ਜਾਵੇ ਆਰਾਮ ਨਾਲ ਬਾਈ ਨਾ ਇੰਨੀਆਂ ਫੋਟੋਆਂ ਖਿੱਚ ਤੂੰ ਆਹਦੇ ਧੁੱਪ ਪੈਂਦੇ ਨਾ ਫੇਸ 'ਤੇ ਚਮਕ ਰਿਹਾ ਫੇਸ ਸਾਡਾ ਫਿਲਟਰ ਦੀ ਲੋੜ ਹੀ ਨਹੀਂ ਪੈਂਦੀ ਸਾਨੂੰ ਗਲੋ ਆਇਆ ਪਿਆ ਵਾ ਸਾਨੂੰ ਫਿਲਟਰ ਦੀ ਲੋੜ ਹੀ ਨਹੀਂ ਪੈਂਦੀ ਬਾਈ ਨਹਿਰ ਦੇ ਗੱਬੇ ਵਿਚਾਲੇ ਫੋਟੋ ਸ਼ੂਟ
ਕਹਿ ਰਹੇ ਫਿਲਟਰ ਤਾਂ ਲਾ ਦਾਂਗੇ ਫਿਲਟਰ ਤਾਂ ਲਾ ਦਾਂਗੇ ਯਾ ਫੋਟੋ ਆ ਦੇ ਫੋਟੋ ਨਹੀਂ ਤਾਂ ਦਿਖਾਈ ਤਾਂ ਐ ਚੋਬਰ ਆ ਚੋਬਰ ਐ ਲੋਈ ਵਿਚਾਲੀ ਆ ਦੇ ਖੜਦੀ ਫਿਰੇ ਟੈਡ ਤੇ ਟੰਡੇ ਤੇ ਲੱਦ ਰਹੀ ਆ ਜੀ ਭਾਈ ਕਿਸ਼ਤੀ ਦੇਖ ਇਹਨੂੰ ਹਮਾਰੀ ਕਿਸ਼ਤੀ ਵਾਂ ਡੁੱਬੀ ਜਾ ਪਾਣੀ ਕਮ ਦਾ ਮੇਰੇ ਸਹੀ ਗੱਲ ਆ ਪਾਣੀ ਤਾਂ ਅੱਟਾ ਨੇ ਨਹਾ ਨਹੀਂ ਤੁਰ ਰਹੀ ਇਹਦੀ ਹੁਣ ਇਹ ਭਾਈ ਖਿੱਚ ਸੰਦ ਸੰਦੋ ਖਿੱਚ ਤੇ ਦੇਖ ਲੈ ਜਦੋਂ ਜਾਂਦੀ ਆ ਇਹ ਨਾ ਆਵਾ ਭਾਈ ਇੱਥੇ ਖੜੇ ਰਹੀ ਧੁੱਪਾਂ 'ਚ ਕਿਨਾਰੇ ਤੇ ਇੰਨੀ ਦੂਰ ਖੜਿਆ ਇੱਥੇ ਖੜਿਆ ਸਾਡਾ ਸੁਣੋ ਬਾਈ ਖਿੱਚਣ ਲੱਗ ਜਾਣ ਲੱਭੇ ਨੀ ਵੀਰੇ ਸਾਈਡ ਦੀ ਖੜੀ ਲੱਭੇ ਖੜਾਉਣੀ ਚਾਹੀਦੀ ਮੈਂ ਖਿੱਚ ਹੁਣ ਕਿਨਾਰੇ ਤੇ ਆਪਾਂ ਜਾਣਾ ਹੀ ਆ ਖਿੱਚ ਲਾ ਜੋਰ ਦਹਾ ਜਿਮ ਵਾਲਾ ਜੋਰ ਅੱਜ ਨਾ ਪਵਨ ਵੀ ਆ ਗਿਆ ਬਾਈ ਤੁਰਪੀ ਤੁਰਪੀ ਮਾੜਾ ਜਿਹਾ ਫਰਤ ਪਿਆ ਤੁਰਪੀ 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 ਤੇਰਾ ਟੈਨਸ਼ਨ ਨਹੀਂ ਲੈ ਵੀਰੇ ਕਿਨਾਰੇ ਤੇ ਪਹੁੰਚ ਜਾਂਦੇ ਆਪਾਂ ਟੈਨਸ਼ਨ ਨਹੀਂ ਲੈਣੀ ਇਹਦੀ ਫਿਰ ਦਹਾਂ ਮੁੜਨਾ ਉਹ ਵੀ ਚਾਹੀਦਾ ਦਹਾਂ ਤਾਂ ਜਾਂਦਾ ਉਹ ਤਾਂ ਫਿਰ ਪਿੱਛੇ ਮੁੜਿਆ ਉਹਦਾ ਬਾ ਪਹੁੰਚਣ ਵਾਲੇ ਆਪਾਂ ਛੱਡੀ ਨਾ ਹਜੇ ਛੱਡੀ ਤਾਂ ਛੱਡੀ ਦਾ ਛੱਡੀ ਨਾ ਖਿੱਚਦੇ ਰੱਖ ਸੋਨੂੰ ਤਾਂ ਪੂਰਾ ਜ਼ੋਰ ਲਵਾਤਾ ਬਾਈ ਜੰਪ ਮਾਰਵੇ ਪਵਨ ਬਾਈ ਜਾ ਹੁਣ ਤਾਂ ਜੰਪ ਇੰਨਾ ਤਾਂ ਮਾਰਨਾ ਹੀ ਪੈਣਾ ਵੀਰੇ ਸੋਨੂੰ ਹੋਰ ਖਿੱਚ ਫਿਰ ਜਦੋਂ ਛੱਡਤੀ ਹੈ ਨਾ ਖਿੱਚਦੀ ਹੋਣਾ ਬਾਈ ਛਾਲ ਮਾਰ ਲਾ ਤੂੰ ਉਧਰ ਨੂੰ ਛਾਲ ਪੈਰ ਦੱਬ ਜਾਣਾ ਲੈ ਮੈਂ ਦੇਖਾਂ ਟਰਾਈ ਕਰਦੇ ਆ ਗਿਆ ਲੈ ਭਾਈ ਆ ਗਿਆ ਚੱਲ 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 ਮੁਗਲੀ ਚੱਲ ਚੱਲ ਮੋਗਲੀ ਉਹ ਬਾਪ ਮੋਗਲੀ ਪਹੁੰਚ ਗਿਆ ਹੈਗਾ ਬੰਦਾ ਕਾਮਯਾਬ ਆ ਜਾ ਇਹ ਮੁੰਡਾ ਹੈ ਦਿਨ ਰਾਤ ਯੂੰ ਹੀ ਬੇ ਤੋ ਹਮ ਕਿਆ ਕਰੇ ਅਬ ਜਾਨੇ ਦੋ ਬਾਤ ਕਹਾਂ ਤੋ ਤੇਰੀ ਯਾਦ ਜੋ ਬਿਗਾੜੇ ਜਹਾਂ ਅਬ ਸੁਣਾ ਦੇ ਪੂਰੀ ਦਾਸਤਾਂ ਲਓ ਜੀ ਫਿਰ ਹੁਣ ਕਿਸ਼ਤੀ ਤੇ ਦੇੜੇ ਦੂੜੇ ਲੈ ਦੇ ਹੁਣ ਚੱਲਿਆ ਸਾਂਝਾ ਧਾਰਾ ਜੀ ਉੱਥੇ ਟੰਡੇ ਆ ਜਾਣੀ ਜੀ ਉੱਥੇ ਦੇਖ ਕੇ ਆਉਂਦੇ ਆਪਾਂ ਚੱਲਦੇ ਹਾਂ ਦੇਖੋ ਯਾਰ ਸਾਂਝਾ ਧਾਰਾ ਆ ਬਣਿਆ ਬਹੁਤ ਅੰਦਰ ਸਵਿਮਿੰਗ ਪੂਲ ਵੀ ਬਣਿਆ ਹੋਇਆ ਆਪਾਂ ਕਰਦੇ ਹਾਂ ਜੀ ਇੰਜੋਏ ਚੱਲਦੇ ਹਾਂ ਅੰਦਰ ਨੂੰ ਵੀਰੇ ਵਧੀਆ ਬਣਾ ਦੇਣਾ ਹੁਣ ਹਾਂ ਡੈਕੋਰੇਸ਼ਨ ਜੀ ਬਹੁਤ ਕਰਤੀ ਯਾਦ ਨਹੀਂ ਸੀ ਹੈਗਾ ਬਾਈ ਇੱਥੇ ਹੁਣ ਅੰਦਰ ਚੱਲਦੇ ਅੰਦਰ ਦੇਖਦੇ ਹਾਂ ਆਪਾਂ ਕੀ ਹੁੰਦਾ ਫੀਚਰ ਵੈਸੇ ਇੱਥੇ ਸਵਿਮਿੰਗ ਪੂਲ ਦਾ ਇੰਨਾ ਤਾਂ ਪਤਾ ਪਿਛਲੀ ਵਾਰ ਆਏ ਸੀ ਅਸੀਂ ਹੁਣ ਤਾਂ ਇਹਨਾਂ ਦਾ ਵੈਸੇ ਨਵਾਂ ਬਹੁਤ ਕੁਛ ਬਣਾਤਾ ਅੰਦਰ ਆ ਆਪਾਂ ਦੇਖਦੇ ਹਾਂ ਕੀ ਬਣਾਇਆ ਇਹਨਾਂ ਨੇ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਤੁਸੀਂ ਜਦ ਤੱਕ ਵੀਡੀਓ 'ਚ ਬਣੇ ਰਹੋ ਫਾਈਨਲੀ ਦਾ ਇਸ ਟਿਕਟਾਂ ਲੈ ਲਈ ਆਪਾਂ ਨੇ ਉੱਥੇ ਹੀ ਟਿਕਟ ਲੈ ਤੇ ਹੁਣ ਚੱਲਦੇ ਹਾਂ ਇੱਧਰ ਪੂਲ ਦੇਖਦੇ ਹਾਂ ਅੱਜ ਆਪਾਂ ਪੂਲ 'ਚ ਇੰਜੋਏ ਕਰਦੇ ਹਾਂ ਇਹ ਸਾਡਾ ਛੋਟਾ ਜਿਹਾ ਹੈ ਤਾਂ ਪੂਲ ਸਮਾਲ ਪੂਲ ਇਹਨੂੰ ਜਾਣੀ ਤੇ ਪੁਲੀ ਸਾਡੀ ਭਾਜਾ ਜਿਹਨੂੰ ਪੁਲੀ ਕਹਿੰਦੇ ਨੇ ਵੈਸੇ ਭਰੀ ਵੀਰ ਭਰਿਆ ਬਹੁਤ ਆ ਜਾਣੀ ਨਜ਼ਾਰੇ ਲੁੱਟਦੇ ਆਪਾਂ ਉਹਦੇ ਫੁੱਲ ਉਹਦੇ ਬਣਾਉਂਦੇ ਆਪਾਂ ਭਈਆ ਆਪਣਾ ਪੂਲ ਵੈਸੇ ਵੀਰੇ ਠੀਕ ਆ ਉਹਨੂੰ ਉੱਤੋਂ ਪੂਲ ਦਿਖਾਉਣਾ ਉੱਤੋਂ ਤਹਿ ਲੱਗਦਾ ਆਹ ਦੇਖੋ ਉੱਤੇ ਆਹ ਪੂਲ ਆ ਉੱਤੇ ਹੀ ਉਹ ਬੈਠੇ ਨੇ ਆਪਣੇ ਨਾਲ ਦੋ ਜਮੂਰੇ ਅਤੇ ਆਪਾਂ ਮੈਂ ਵੀ ਹੁਣ ਥੱਲੇ ਜਾਂਦਾ ਥੱਲੇ ਜਾਂਦੇ ਆਪਾਂ ਨਹਾਉਂਦੇ ਹਾਂ ਇੰਜੋਏ ਕਰਦੇ ਹਾਂ ਵੈਸੇ ਛੋਟਾ ਜਿਹਾ ਪੂਲ ਆ ਵੀ ਐਡਾ ਖਾਸ ਵੱਡਾ ਨਹੀਂ ਹੈਗਾ ਆਪਾਂ ਚੱਲਦੇ ਹਾਂ ਅਤੇ ਜਾਂ ਤਾਂ ਇੰਜੋਏ ਕਰਦੇ ਹਾਂ ਲਓ ਜੀ ਫਿਰ ਪੂਲ ਪਾਰਟੀ ਹੁਣ ਹੋਣ ਲੱਗੀ ਇੱਥੇ ਇਹਨਾਂ ਦਾ ਤਪੜੇ ਖੋਲ੍ਹਤੇ ਹੀ ਮੇਰੇ ਖੋਲ੍ਹਣ ਤੋਂ ਰਹਿ ਜਾ ਆਹ ਦੇਖੋ ਆਹ ਵੀ ਫਟੜਾ ਖੋਲ੍ਹਣ ਲੱਗਿਆ ਸਾਡੇ ਸੋਨੂੰ ਸਾਹਿਬ ਗਲੈਮਰ ਵੀਰੇ ਦਿਖਾਉਣਾ ਅਸੀਂ ਵੈਸੇ ਮੈਂ ਵੀ ਖੋਲ੍ਹ ਰਿਹਾ ਤੱਪੜੇ ਟੈਨਸ਼ਨ ਨਾ ਲਓ ਮੈਂ ਵੀ ਨਹਾਉਣਾ ਹੈ ਇੰਜੋਏ ਕਰਦੇ ਆਪਾਂ ਬਾਈ ਉਹ ਬੋਡੀ ਬਿਲਡਰ ਦਿਖਾ ਤੂੰ ਪਿੱਛੇ ਜਿਹੜਾ ਉਹ ਬੈਠਾ ਦੁਪਤ ਜਾ ਉਹ ਦੁਪਤ ਬੋਡੀ ਬਿਲਡਰ
ਐਪਸ ਨੇ ਬਹੁਤ ਸਾਡੇ ਦੋ ਐਪਸ ਚੱਲ ਵੀ ਹੁਣ ਮੈਂ ਵੀ ਕੱਪੜੇ ਖੋਲਦਾ साथी मेरे साथ ना तो सुन मेरा तू है मेरा रफी मानो ना मेरे कभी बात हबी तो दिन रात यू ही बे अब तुम चीज दिखाने जोत नू आ गया गुस्सा सॉरी जोत नू नहीं पवन नू गुस्सा आ गया हूं देखियो एक गुस्सा जा गया कहना मैं रोम रेंज वाला स्टाइल मारना जोत दे उत्ते आ देखियो ग्राउंड है मेनू कोल जान दो पूरा दोपहर के 3 बजे ने सूरज नु पानी चढ़ाउन लग्या लोग सवेरे चढ़ाउंदे ने दोपहर नु चढ़ाउंदे ने की करन लगे हो तुसी दसो मजा आया बहुत जो तो आगे कर गया कह जा महसूस हो रहा तेन इना एक बार हो गया कि मैं बस नहीं हूं नहीं दोनों ने एक एक बार कर लिया चल कोई गल मगर सेटन मगर मगर मेरा साथी मेरे साथ ना कटे ना कटे दिन रात ना ओ मेरा साथी मेरे साथ ना या मैं जंदरी ने जा लेदा इने दस ने हबीब ओ दिन रात यूं ही बे तो हम क्या करें अब जाने दो वो बातें कहां तो तेरी याद जो बिगाड़े जहां अब सुना दे पूरी दास्तां ऐसे कैसे आए ना बताए और चल बड़ी ऐसे कैसे आए ना बताए और चल बड़ी कैसे आए ना बताए और जल भरे शीशे के मकानों में दू मेनू तैरना नहीं आउंदा एड़े तजने पिंडाला दी हटवा मोहना ले हुण फिलहाल फिर चलदे आपां इत्थे देखो मैंने देखण नहीं आना तेनू आ जा उबड़िया मुड़े उबड़िया ਐਡਾ ਬੜਾ ਸਵਿਮਿੰਗ ਪੂਲ ਦਿੱਤਾ ਤੈਨੂੰ ਇੱਥੇ ਨਾ ਜਿੰਨਾ ਨਹਾਉਣਾ ਮੈਂ ਆਹ ਦੇਖੋ ਬੋਡੀ ਬਿਲਡਰ ਬੋਡੀ ਹੈ ਦੀਦੀ ਆਹ ਦੇ ਬ੍ਰੋ ਬ੍ਰੋ ਆਹ ਦੇਖੀ ਚੱਲ ਫਿਰ ਪਾਈਏ ਕੱਪੜੇ ਫਿਰ ਹੁਣ ਲਓ ਜੀ ਨਾਂ ਨੂੰ ਤੇ ਇੰਜੋਏ ਕੀਤਾ ਪੂਰਾ ਤੇ ਹੁਣ ਇਹ ਕਹਿੰਦੇ ਉੱਤੇ ਦੇਖ ਤੇ ਨਾ ਉੱਤੇ ਬਾਈ ਉੱਤੇ ਦੇਖ ਤੇ ਉਹਨਾਂ ਕੀ ਬਣਾਇਆ ਇਹਨਾਂ ਨੇ ਬਾਈ ਫਿਲਹਾਲ ਤਾਂ ਕੁਛ ਨਹੀਂ ਬਣਾਇਆ ਉਰੇ ਬੈਠਣ ਨੂੰ ਬਣਾਇਆ ਬਸ ਹੋਰ ਕੁਛ ਨਹੀਂ ਹੈਗਾ
ਭਾਈ ਬੈਠ ਤੇ ਸੈਲਫੀਆਂ ਵੈਸੇ ਵਿਊ ਵਿਊ ਚੈੱਕ ਕਰੋ ਤੁਸੀਂ ਦੇਖੋ ਵਿਊ ਲੋ ਫਾਈਨਲੀ ਤਾਂ ਫਿਰ ਨਹਾ ਨੂੰ ਉੱਤੇ ਇੰਜੋਏ ਕਰਦੇ ਫਿਲਹਾਲ ਹੁਣ ਤਾਂ ਹੀ ਚੱਲਿਆ ਅਸੀਂ ਹੁਣ ਚੱਲਦੇ ਹਾਂ ਫਿਲਹਾਲ ਧਰ ਨੂੰ ਧਰੇ ਅਤੇ ਦੇਖਦਾ ਕੀ ਬਣਦਾ ਜਿਹੜੇ ਰਾਸਤੇ 'ਤੇ ਪਲੈਨ ਬਣਿਆ ਤਾਂ ਦੇਖਦੇ ਹਾਂ ਨਹੀਂ ਤਾਂ ਵੈਸੇ ਕੋਈ ਪਲੈਨ ਨਹੀਂ ਹੈਗਾ ਜੇ ਬਣਿਆ ਬਾਈ ਉਹ ਤੈਨੂੰ ਟਾਈਮ ਦੇ ਦੱਸਾਂ ਤਾਹਦਾ ਪਲੈਨ ਬਣਿਆ ਨਹੀਂ ਵੀਰੇ ਇਹੋ ਜਿਹਾ ਕੁਛ ਨਹੀਂ ਕਰਨਾ ਆਪਾਂ ਨੇ ਆਪਾਂ ਆਰਾਮ ਨਾਲ ਜਾਣਾ ਆਰਾਮ ਨਾਲ ਜਾਣਾ ਬਾਈ ਚਿਤੋੜਾ ਨਹੀਂ ਹੈ ਜਾਂਦਾ ਬਾਏ ਬਾਏ ਟਾਟਾ ਹੁਣ ਹੀ ਚੱਲਿਆ ਤੁਹਾਨੂੰ ਸੋ ਫਾਈਨਲੀ ਤਾਂ ਇਸ ਪਰ ਉੱਥੇ ਨਹਾ ਨੂੰ ਉੱਤੇ ਆ ਤੇ ਹੁਣ ਇੰਜੋਏ ਕਰਕੇ ਹੁਣ ਅਸੀਂ ਘਰੇ ਪਹੁੰਚ ਚੁੱਕੇ ਹਾਂ ਹੁਣ ਤੁਹਾਨੂੰ ਮਿਲਦਾ ਨੈਕਸਟ ਤੋਂ ਜਦ ਤੱਕ ਲਈ ਅਲਵਿਦਾ ਖੁਦਾ ਹਾਫਿਜ਼ ਸਤਿ ਸ਼੍ਰੀ ਅਕਾਲ।